ਮਾਰੇਗੀ। ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ ਸ਼ਿਰਕੀ ਮਾਰੇਗੀ। ਸ਼ਿਵ ਕੁਮਾਰ ਨਾਰ ਜੀ, ਭਾਰਤੀ ਆਮ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ, ਸੁਸ਼ੀਲ ਕੁਮਾਰ ਰਿੰਕੂ ਜੀ, ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਜੀ, ਨਰਿੰਦਰ ਮੋਦੀ ਜੀ, ਅਸੀਂ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਨੂੰ ਕਰਤਾਰਪੁਰ ਨੂੰ ਚੋਣ ਤੇ ਸੁਸ਼ੀਲ ਕੁਮਾਰ ਜੀ ਨਾਲ ਹਾਈ ਕਮਾਂਡ ਹੁਕਮ ਰਹੂਗੀ, ਉਹ ਹੁਕਮ ਦੀ ਅਸੀਂ ਬੜੀ ਮਿਹਰਬਾਨੀ, ਕਿਉਂਕਿ ਗਰਮੀ ਦਾ ਦੁਹਾੜਾ ਜਿਹੜਾ ਜ਼ਿਆਦਾ ਗਰਮੀ ਪੈਂਦੀ ਹੈ। ਸੰਤ ਆਸੇ ਪਾਸੇ ਰਹੀ ਆ, ਪ੍ਰਧਾਨ ਸਾਹਿਬ ਰਾਜੀ ਸੰਤ ਕਿਰਪਾ ਬਾਬੇ ਦੀ ਪੂਰੀ ਆ, ਕਈ ਆਸੇ ਪਾਸੇ ਖਿਲਰੀ ਰਹੀ ਆ, ਤੇ ਤੁਸੀਂ ਜਦ ਤੱਕ ਆਪਣੀ ਕਾਰਵਾਈ ਸ਼ੁਰੂ ਕਰੋ। ਹਾਂਜੀ, ਸਾਡੇ ਜਿੰਨੇ ਵੀ ਕਿਰਤਾਰ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਪੀਰ ਜੈ ਪਾਠ। ਅੱਜ ਕਰਤਾਰਪੁਰ ਵਿਖੇ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਗ ਆਦਾ ਵਾਂ, ਜੈ ਜੈ ਪ੍ਰੋਗਰਾਮ ਆ, ਜੈ ਭੀਮ ਜੈ ਭੀਮ। ਮੇਰੇ ਵੀਰ ਸਤੀਸ਼ ਕੁਮਾਰ ਨਾਹਰ ਜੀ, ਗੋਰਾ ਜੀ, ਜਿੰਮੀ ਜੀ, ਦਰਸ਼ਨ ਲਾਲ, ਸਤਪਾਲ ਜੀ, ਹੀਰਾ ਜੀ, ਜਥੇਦਾਰ ਸਾਹਿਬ ਸੁਖਦੇਵ ਸਿੰਘ ਜੀ, ਅੱਜ ਭਾਰਤੀ ਆਮ ਜਨਤਾ ਪਾਰਟੀ ਦੇ ਮੇਰੇ ਵੀਰ ਸਤੀਸ਼ ਨਾਹਰ ਜੀ ਵੱਲੋਂ ਜਿਹੜਾ ਮੋਦੀ ਸਾਹਿਬ ਦੀ ਨੀਤੀਆਂ ਤੋਂ ਖੁਸ਼ ਹੋ ਕੇ ਇਹਨਾਂ ਦੀ ਪਾਰਟੀ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੱਤਾ, ਉਸ ਮੰਦਰ ਉਸ ਸ਼ਹਿਰ ਦੇ ਵਿੱਚ ਜਾਣ ਲਈ ਜਿਹੜਾ ਏਅਰਪੋਰਟ ਬਣਿਆ ਉਹਦਾ ਨਾਮ ਭਗਵਾਨ ਵਾਲਮੀਕਿ ਮਹਾਰਾਜ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਨਾਂ ਤੇ ਜਿਹੜਾ ਰੱਖਿਆ, ਤਾਂ ਮੈਂ ਸਮਝਦਾ ਕਿ ਸਾਰੇ ਸਮਾਜ ਦੇ ਵਿੱਚ ਇਸ ਗੱਲ ਦਾ ਬੜਾ ਅੱਛਾ ਮੈਸੇਜ ਹੈ ਤੇ ਸਾਡਾ ਸਮਾਜ ਇਸ ਗੱਲ ਤੋਂ ਖੁਸ਼ੀ ਹੈ, ਖੁਸ਼ ਹੈ। ਔਰ ਸਿਰਫ ਹਾਈਵੇ ਜਿਹੜੇ ਆ ਉਹਨਾਂ ਦੇ ਕੰਮ ਕਰਨੇ ਆ, ਰੇਲਵੇ ਦੇ ਨਾਲ ਮਤਲਬ ਸਾਰੇ ਕੰਮ ਕਰਨੇ ਆ, ਐਵੀਏਸ਼ਨ ਦੇ ਮੁਤਲਕ ਜਿਹੜੇ ਏਅਰਪੋਰਟਾਂ ਦੇ ਨਾਲ ਲੱਗਦੇ ਕੰਮ ਹੈ ਉਹ ਵੀ ਸਾਰੇ ਕਰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਗਰੀਬਾਂ ਦੇ ਲਈ ਇੱਕ ਉਹਨਾਂ ਦੇ ਬਿਹਤਰ ਇਲਾਜ ਦੀ ਸੁਵਿਧਾ ਦੇ ਲਈ ਕੋਰਟ ਤੋਂ ਲੜ ਰਹੇ, ਸੋ ਬਹੁਤ ਅੱਛਾ ਕੰਮ ਹੈ ਜਿਹੜਾ ਅੱਜ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਕਰ ਰਹੇ ਆ। ਦੇਸ਼ ਅੱਗੇ ਵੱਧ ਰਿਹਾ, ਤਰੱਕੀ ਕਰ ਰਿਹਾ, ਦੇਸ਼ ਦੇ ਵਿੱਚ ਨਵੇਂ ਨਵੇਂ ਜਿਹੜੇ ਆ ਪ੍ਰੋਜੈਕਟ ਨਵੇਂ ਬਣ ਰਹੇ ਆ, ਸੋ ਅੱਜ ਕਰਤਾ ਬਲਜੀਤ ਕੌਰ, ਬੀਬੀ ਬਲਜੀਤ ਕੌਰ ਕਿੱਥੇ? ਹੀਰਾ ਸਿੰਘ, ਇੱਕ ਮਿੰਟ ਭਾਈ,
ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਸਾਡੇ ਇੱਥੇ ਕਰਤਾਰਪੁਰ ਮੁੰਡੇ ਮੁੰਡੇ ਦੇ ਵਿੱਚ ਵੀ ਮੁੰਡੇ ਬਹੁਤ ਸਾਰੇ ਜੁਆਇਨ ਹੋ ਰਹੇ ਆ, ਜਿਨ੍ਹਾਂ ਦਾ ਨਾਮ ਮੈਂ ਲਵਾਂਗਾ ਜੀ। ਤੁਸੀਂ ਇੱਕ ਇੱਕ ਕਰਕੇ ਅੱਗੇ ਆਈ ਜਾਓ। ਸਭ ਤੋਂ ਪਹਿਲੇ ਜੀ ਕਰਨ, ਕਰਨ ਲਵ ਜੀ, ਲੱਭ ਲਵ ਜੀ ਆਵੇ। ਉਹ ਤੋਂ ਬਾਅਦ ਜਤਨ ਜੀ, ਕਿਸ਼ੋ ਜੀ, ਕਿਸ਼ੋ ਜੀ, ਮੈਨੇ ਜੀ, ਦਿੱਬਿਆ ਜੀ, ਇਧਰ ਅੱਗੇ ਆਓ। ਅਮਰੀਕ ਸਿੰਘ ਜੀ, ਯਸ਼। ਹਾਂਜੀ ਸਰ, ਅੱਜ ਭਾਰਤੀ ਆਮ ਜਨਤਾ ਪਾਰਟੀ ਤੁਹਾਨੂੰ ਆਪਣਾ ਸਮਰਥਨ ਦੇ ਰਹੇ, ਕੈਸਾ ਲੱਗ ਰਿਹਾ? ਅੱਜ ਮੇਰੇ ਵੀਰ ਸਤੀਸ਼ ਕੁਮਾਰ ਨਾਹਰ ਜੀ ਆਪਣੀ ਪਾਰਟੀ ਸਮੇਤ ਅੱਜ ਉਹਨਾਂ ਦਾ ਪੂਰਾ ਸਮਰਥਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ। ਮੈਂ ਸਮਝਦਾ ਕਿ ਸਤੀਸ਼ ਨਾਹਰ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਸਮਾਜ ਦੇ ਲਈ ਜਿਹੜਾ ਲਗਾਤਾਰ ਮਿਹਨਤ ਕਰ ਰਹੇ ਸੀ, ਕੰਮ ਕਰ ਰਹੇ ਸੀ, ਅੱਜ ਉਹਨਾਂ ਨਾਲ ਵੱਡੀ ਗਿਣਤੀ ਦੇ ਵਿੱਚ ਸਮਾਜ ਜੁੜਿਆ। ਉਹਨਾਂ ਦਾ ਸਮਰਥਨ ਦੇਣ ਨਾਲ ਸਾਨੂੰ ਪਾਰਟੀ ਨੂੰ ਬਹੁਤ ਜਿਹੜਾ ਆਉਣ ਵਾਲੇ ਸਮੇਂ 'ਚ ਫਾਇਦਾ ਹੋਣ ਵਾਲਾ, ਔਰ ਮੈਂ ਉਹਨਾਂ ਦਾ ਆਪਣੀ ਪਾਰਟੀ ਦੇ ਵਿੱਚ ਵੀ ਸਵਾਗਤ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦਾ, ਔਰ ਖਾਸ ਕਰਕੇ ਸੰਤ ਸਮਾਜ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਵਿਸ਼ਵਾਸ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ। ਦੇਖਣ ਤੋਂ ਆ ਰਿਹਾ ਹੋਣਾ ਕਿ ਪੂਰੇ ਦੇਸ਼ ਚ ਮੋਦੀ ਲਹਿਰ ਆ, ਪੰਜਾਬ ਚ ਕਿਸਾਨਾਂ ਦਾ ਵਿਰੋਧ ਹੋਰ ਵੀ ਜਿਹੜੀ ਕਾਫੀ ਗੱਲਾਂ ਦੇਖਣ ਜਾ ਰਹੀਆਂ, ਤੁਹਾਨੂੰ ਲੱਗਦਾ ਪੰਜਾਬ ਚ ਬੀਜੇਪੀ ਨੂੰ ਮਿਲੇਗੀ? ਦੇਖੋ ਬਿਲਕੁਲ ਅੱਛਾ ਬਹੁਮਤ ਨਹੀਂ ਪਰ ਅੱਛਾ ਮਾਰਜਨ ਹੈ ਜਿਹੜਾ, ਅੱਛੀਆਂ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਮਿਲ ਰਹੀਆਂ। ਤੇ ਮੈਂ ਸਮਝਦਾ ਕਿ ਇੰਨੇ ਵਿਰੋਧ ਦੇ ਬਾਵਜੂਦ ਵੀ ਜਿਹੜਾ ਇੰਨਾ ਅੱਛਾ ਪ੍ਰਦਰਸ਼ਨ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਔਰ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਿਰੋਲ ਸਰਕਾਰ ਬਣੇਗੀ, ਜਿਹਦੇ ਨਾਲ ਪੰਜਾਬ ਦਾ ਵੀ ਭਲਾ ਹੋਏਗਾ, ਪੰਜਾਬ ਦੇ ਵਿੱਚ ਨਸ਼ੇ ਦਾ ਗੁੰਡਾਗਰਦੀ ਦਾ ਜਿਹੜਾ ਖਾਤਮਾ ਉਹ ਭਾਰਤੀ ਜਨਤਾ ਪਾਰਟੀ ਕਰੇਗੀ। ਜਲੰਧਰ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਪਾਇਆ ਸੀਗਾ ਤੇ ਹੁਣ ਕਾਫੀ ਉਹਨਾਂ ਦਾ ਸਕੰਦੇ ਅਪਣਾ ਰਹੇ, ਤੁਹਾਨੂੰ ਜਿਤਾਇਆ ਨਾ ਜਾਵੇ ਵਿਰੋਧ ਹੋ ਰਹੇ ਆ? ਦੇਖੋ ਇਹ ਤਾਂ ਹਰ ਪਾਰਟੀ ਨੇ ਆਪਣਾ ਕੰਮ ਕਰਨਾ ਹੈ, ਉਹਨਾਂ ਨੇ ਆਪਣਾ ਕਰਨਾ, ਅਸੀਂ ਆਪਣਾ ਕੰਮ ਕਰਨਾ, ਔਰ ਮੇਰਾ ਖਿਆਲ ਹੈ ਕਿ ਜਿਹੜੀਆਂ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਪਾਲਸੀਆਂ ਉਹਦੇ ਕਰਕੇ ਅੱਜ ਲੋਕ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਸਪੋਰਟ ਕਰ ਰਹੇ ਆ, ਸਾਥ ਦੇ ਰਹੇ ਆ, ਔਰ ਦਿਨੋ ਦਿਨ ਪਾਰਟੀ ਦਾ ਗ੍ਰਾਫ ਹੈ ਜਿਹੜਾ ਵੱਧ ਰਿਹਾ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਤਾਂ ਵੋਟ ਕਰਨ ਜ਼ਰੂਰ ਜਾਓ, ਦੂਸਰਾ ਰਾਸ਼ਟਰ ਹਿੱਤ ਦੇ ਵਿੱਚ ਜਿਹੜਾ ਵੋਟ ਜ਼ਰੂਰ ਕਰੋ। ਸਭ ਤੋਂ ਪਹਿਲਾਂ ਤਾਂ ਮੈਂ ਜਵਾਬ ਨਹੀਂ ਦਿਆ ਭਰ ਰਹਾ ਵਾਂ। ਦੇਖੋ ਅਸੀਂ ਕਾਫੀ ਸਮੇਂ ਤੋਂ ਵਿਚਾਰਨਾ ਕਰਦੇ ਸੀਗੇ ਕਿ ਪੰਜਾਬ ਵਾਸਤੇ ਕਿਹੜੀ ਸਰਕਾਰ ਸਹੀ ਰਹੇਗੀ, ਪੰਜਾਬ ਦੀ ਗੁੰਡਾਗਰਦੀ ਸ਼ਰਿਆ ਨਾਲ, ਨਸ਼ਾਖੋਰੀ ਸ਼ਰਿਆ ਨਾਲ 2 ਮਹੀਨੇ 6 ਮਹੀਨੇ ਸਮਾਂ ਲਿਆ ਸੀ ਭਗਵੰਤ ਮਾਨ ਨੇ, ਪਰ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਨਸ਼ਾ ਉੱਥੇ ਜ਼ਿਆਦਾ ਵੱਧ ਗਿਆ, ਗੁੰਡਾਗਰਦੀ ਏਦਾਂ ਫੈਲ ਗਈ ਆ, ਗੋਲੀਬਾਰੀ ਐਂ ਚੱਲੀ ਆ, ਦੁਆਰੀ ਵੀ ਕੱਢ ਜਾਂਦੇ ਹੁਣ, ਉਹ ਜੇਕਰ ਨੱਥ ਪਾ ਸਕਦੇ ਆ ਤਾਂ ਬੀਜੇਪੀ ਪਾ ਸਕਦੀ ਹੈ, ਇਹ ਸਾਰੇ ਮੁੱਦਾਂ ਦੇ ਦਿਓ, ਕਿਉਂਕਿ ਬੀਜੇਪੀ ਨੇ ਗਾਰੀ ਸਮਾਨ ਨੂੰ ਬਹੁਤ ਵਧੀਆ ਅੱਛੇ ਅੱਛੇ ਅਹੁਦੇ ਦਿੱਤੇ ਆ, ਉਹ 2 ਤੋਂ 2 ਪੰਜਾਬ ਦਿੱਤੇ ਆ, ਇਸ ਕਰਕੇ ਅਸੀਂ ਪੂਰਾ ਮਨ ਬਣਾ ਕੇ ਪੂਰੀ ਸਾਡੀ ਪਾਰਟੀ ਨੇ ਅੱਜ ਪੂਰੇ ਜਿੰਦੇ ਚ ਤਨ ਮਨ ਕੇ ਸਮਰਥਨ ਬੀਜੇਪੀ ਨੂੰ ਦਿੱਤਾ ਵਾ। ਤੁਹਾਡੀ ਪਾਰਟੀ ਜਿੰਦੇ ਦੀ ਸਮਰਥਨ ਦੇ ਜੀ, ਹੋਰ ਆ ਜਿਹੜਾ ਉਹ ਸਮਰਥਨ ਦੇ ਜੀ? ਨਹੀਂ ਪੂਰੇ ਨਹੀਂ, ਸਿਰਫ ਜਿੰਦੇ ਬੀਜੇਪੀ ਨੂੰ ਸਿਰਫ ਜਿੰਦੇ ਸਮਰਥਨ ਦੇ ਰਹੇ, ਬਾਕੀ ਜੋ ਸਾਡੇ ਕਾਲਜ ਦੇ ਜੇ ਜਿਹੜਾ ਉਹ ਕੋਲ ਨਹੀਂ ਹੈ। ਹਾਂ ਨਾ ਜੀ, ਪਾਰਟੀ ਨੇ 2.5 ਸਾਲ ਕਿਸਾਨਾਂ ਦੀ ਗੱਲ ਕੀਤੀ ਆ, ਪਰ ਮਜ਼ਦੂਰ ਸਾਡੇ ਕਹਿੰਦੇ ਮਜ਼ਦੂਰੀ ਕਰਦੇ ਆ, ਸਵੇਰ ਤੋਂ ਸ਼ਾਮ ਦੇ, ਉਹਨਾਂ ਦਾ ਕੋਈ ਕਿਸੇ ਨੇ ਬਿਆਨ ਨਹੀਂ ਲਾਇਆ,
ਸਾਨੂੰ ਪਤਾ ਬੀਜੇਪੀ ਇਤਿਹਾਸਿਕ ਪਾਰਟੀ ਹੈ, ਜੇ ਇਹਨਾਂ ਨੇ ਸਮੇਂ ਸਰਕਾਰ ਬਣਨ ਤੇ ਮਜ਼ਦੂਰ ਆਵਾਜ਼ ਚੁੱਕੇਗੀ। ਸਾਡੀ ਇਹ ਪੀਲ ਹੈ ਕਿ ਜੇਕਰ ਜੰਗਲ ਵਿਕਾਸ ਚਾਹੁੰਦੇ ਆ ਤਾਂ ਸ਼ਹੀਦ ਯੂਨੀਅਨ ਵੋਟ ਪਾ ਕੇ ਦੁਬਾਰਾ ਨਸ਼ੇ ਭੇਜੋ, ਕਿਉਂਕਿ ਇਹਨਾਂ ਨੇ ਜਦੋਂ ਐਮ ਪੀ ਰਿਹਾ ਸੀ ਕਾਫੀ ਲੋਕਾਂ ਦੀ ਗੱਲਾਂ ਕੀਤੀਆਂ ਅਤੇ ਜੰਗਲ ਵਾਸੀਆਂ ਤੋਂ ਕਾਫੀ ਕੁਛ ਕੀਤਾ ਵਾ, ਪਰ ਸਾਡੀ ਗਾਂਹ ਵਾਸ ਕਰਦੇ ਹਾਂ ਕਿ ਜਿੱਥੇ ਮੈਂ ਬਾਅਦ ਜੰਗਲ ਵਾਸੀਆਂ ਨੂੰ ਖੁਸ਼ਹਾਲ ਅਤੇ ਵਧੀਆ ਪ੍ਰਸ਼ਾਸਨ ਦੇਣਗੇ। ਜੈ ਜੀ ਜੈ ਭਾਰਤ।